ਓਏ ਲੋਕੋ ਓਏ ਖਾਲਸਾ ਜੀ ਲਾਸਟ ਹੈ ਸਾਡੇ ਜੀਣ ਦਾ ਓਏ ਜਿੰਨਾ ਦੀਆਂ ਧੀਆਂ ਪੈਣਾ ਨੂੰ ਅਸੀਂ ਛਡਾਉਂਦੇ ਰਹੇ ਨਾ ਜਾ ਜਾ ਕੇ ਘਰੀ ਪਜਾਉਂਦੇ ਰਹੇ ਕਿਸੇ ਵੀ ਸਿੰਘ ਨੇ ਕਿਸੇ ਵੱਲ ਮਾੜੀ ਨਿਗਾਹ ਨਾਲ ਨਾ ਵੇਖਿਆ ਸਗੋਂ ਪੈਣਾ ਧੀਆਂ ਵਾਲਾ ਪਿਆਰ ਦੇ ਕੇ ਤੋਰ ਕੇ ਆਏ ਉਹਨਾਂ ਅੱਜ ਸਾਡੇ ਨਾਲ ਇਹ ਨੇਕੀ ਕੀਤੀ ਓਏ ਖਾਲਸਾ ਜੀ ਜਿਸ ਬਾਤ ਦੇ ਤੇ ਜਿਸ ਵੀਰ ਦੀ ਭੈਣ ਦੀ ਸ਼ਰਿਆਮ ਨੰਗਿਆਂ ਕਰਕੇ ਸਾਹਮਣੇ ਬੇਇੱਜ਼ਤੀ ਕੀਤੀ ਹੋਵੇ ਤਾਂ ਉਸਦੇ ਸਾਹਿਬ ਜੀ ਫਰਮਾਉਂਦੇ ਹਨ ਜੈ ਜੀਵਨ ਮਤ ਲੱਖੀ ਜਾਏ ਸਭ ਰਾਮ ਜੈ ਤਾਂ ਦਿਖਾਏ ਤੇ ਉਹ ਬੈਠਾ ਬਰਦਾਸ਼ਤ ਕਰੀ ਜਾਵੇ ਲਾਂਟ ਹੈ ਉਸ ਬਾਪ ਦੇ ਲਾਂਟ ਹੈ ਉਸ ਵੀਰ ਦੇ ਕੀ ਉਹ ਇਨਸਾਨ ਕਰਾ ਸਕਦਾ ਹੈ ਨਹੀਂ ਮੈਂ ਤਾਂ ਉਸਨੂੰ ਕੁਛ ਹੀ ਕਹਾਂਗਾ ਜਿਸ ਪਿਓ ਦਾ ਪੁੱਤਰ ਹੋਵੇ ਜਵਾਨ ਉਸ ਪਿਓ ਦੀ ਕਿੱਟੀ ਫਤ ਨੂੰ ਸਰੀਕ ਲੋੜ ਰਹੇ ਹੁਣ ਮਿੱਟੀ ਵਿੱਚ ਤੇ ਪੁੱਤਰ ਮਜ਼ੇ ਨਾਲ ਬੈਠਾ ਦਰਿਆਵੀ ਸੁਖਾਣਾ ਆਨੰਦ ਮਾਣਦਾ ਹੈ ਬੈਠਾ ਆਪਣੇ ਮਜ਼ੇ ਸੁਣਦਾ ਹੈ ਲਾਲ ਪੈਰ ਪੁੱਤਰ ਦੇ ਉਹ ਕਦੇ ਵੀ ਇਸ ਬਾਪ ਦਾ ਬੇਟਾ ਨਹੀਂ ਕਰ ਸਕਦਾ ਤੇ ਫਿਰ ਵੀਰੋ ਸਾਡਾ ਸੱਚਾ ਪਿਤਾ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਦੀ ਹੋਈ ਹੋਵੇ ਬੇਅਦਬੀ ਸਾਡੇ ਇਸ਼ਟ ਦੀ ਹੋਈ ਹੋਵੇ ਬੇਅਦਬੀ ਤੇ ਅਸੀਂ ਘਰਾਂ ਵਿੱਚ ਬੈਠੇ ਦਰਿਆਵੀ ਸੁਖਾਂ ਦਾ ਆਨੰਦ ਮਾਣਦੇ ਰਹੀਏ ਲਾਲ ਪੈਰ ਸਾਡੇ ਜੀਵਨ ਦਾ ਮੇਰੇ ਵੀਰੋ ਸਾਡੇ ਬਾਜਾਂ ਵਾਲੇ ਪਿਤਾ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਹੈ ਜਿਸ ਵਿੱਚ ਭਗਤੀ ਤੇ ਸ਼ਕਤੀ ਦਾ ਮੇਲ ਹੈ ਪਰ ਅੱਜ ਕੁਝ ਅਜਿਹੇ ਲੋਕ ਹਨ ਜੋ ਗੁਰਦੁਆਰਿਆਂ ਵਿੱਚ ਬੈਠੇ ਪੂਜਾ ਦਾ ਤਾਨ ਖਾ ਰਹੇ ਹਨ ਤੇ ਮਾਲਾ ਦੇ ਰਹੇ ਹਨ ਮੈਂ ਉਹਨਾਂ ਨੂੰ ਇਹ ਪੁੱਛਦਾ ਹਾਂ ਕਿ ਜੋ ਧਰਮ ਦੀ ਰਾਖੀ ਨਹੀਂ ਕਰਦਾ ਰਾਖੀ ਨਹੀਂ ਕਰ ਸਕਦਾ ਉਹ ਧਰਮ ਕਿਵੇਂ ਰੱਖ ਸਕਦਾ ਹੈ ਧਰਮ ਨੂੰ ਮੰਨਣ ਵਾਲਿਆਂ ਨੂੰ ਧਰਮ ਲਈ ਫੀਸ ਵੀ ਦੇਣੇ ਪੈਂਦੇ ਹਨ ਖਾਲਸਾ ਜੀ ਫਰਮਾਨ ਹੈ ਗੁਰੂ ਸਾਹਿਬ ਦਾ ਉਹ ਕਿਸੇ ਕੋ ਰਾਜ ਨਾ ਦੇਹ ਜੋ ਲੈ ਹਨ ਜਬਰ ਸੇ ਲੈ ਹੈ ਖਾਲਸਾ ਜੀ ਦੁਸ਼ਮਣ ਕਦੀ ਵੀ ਮਿੰਤ ਨਾਲ ਨਹੀਂ ਮੰਨਦਾ ਦੁਸ਼ਮਣ ਦਾ ਕਰਾਏ ਹੱਥ ਦਿਖਾਇਆ ਹੀ ਮੰਨੇਗਾ ਜੋ ਲੋਕ ਸ਼ਾਂਤੀ ਸ਼ਾਂਤੀ ਪੁਕਾਰਦੇ ਹਨ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਸ਼ਾਂਤੀ ਕਿੱਥੋਂ ਆਵੇਗੀ ਸ਼ਾਂਤੀ ਕਿਵੇਂ ਆਵੇਗੀ ਖਾਲਸਾ ਜੀ ਸ਼ਾਂਤੀ ਬੰਦੂਕ ਦੀ ਗੋਲੀ ਵਿੱਚ ਨਹੀਂ ਰਹੇਗੀ ਅਜਿਹੀ ਸ਼ਾਂਤੀ ਜਿਸ ਨਾਲ ਇੱਕ ਇਨਸਾਫ਼ ਪਸੰਦ ਰਾਜ ਕਾਇਮ ਹੋਵੇਗਾ ਜਿਸ ਵਿੱਚ ਹਰ ਧਰਮ ਨੂੰ ਹਰ ਜਾਤ ਨੂੰ ਹਰ ਮਨੁੱਖ ਨੂੰ ਇਨਸਾਨ ਮਿਲੇਗਾ ਤੇ ਬਰਾਬਰ ਦਾ ਮਾਣ ਸਨਮਾਨ ਮਿਲੇਗਾ ਖਾਲਸਾ ਜੀ ਅਜਿਹੇ ਰਾਜ ਦੀ ਪ੍ਰਾਪਤੀ ਵਾਸਤੇ ਸਾਨੂੰ ਅਜੇ ਕਾਫ਼ੀ ਜੱਦੋਜਹਿਦ ਦੀ ਲੋੜ ਹੈ ਖਾਲਸਾ ਜੀ ਇਸ ਜੰਗ ਨੂੰ ਇਸ ਸੰਘਰਸ਼ ਨੂੰ ਨੇਪਰੇ ਜਾਣ ਵਾਸਤੇ ਕਿਹੜੇ ਕਿਹੜੇ ਮਿਸ਼ਨ ਦੀ ਲੋੜ ਹੈ ਕਿਹੜੇ ਕਿਹੜੇ ਸਮਾਨ ਦੀ ਲੋੜ ਹੈ ਵੀਰੋ ਲੋੜ ਹੈ ਸਾਨੂੰ ਸਿੱਖ ਸੰਤਾਂ ਦੇ ਸਹਿਯੋਗ ਦੀ ਲੋੜ ਹੈ ਲੋਕ ਰਾਏ ਦੀ ਜਿਸ ਲਹਿਰ ਨਾਲ ਲੋਕ ਰਾਏ ਹੈ ਉਹ ਲਹਿਰ ਕਦੀ ਵੀ ਫੇਲ ਨਹੀਂ ਹੋ ਸਕਦੀ ਸਤਿ ਸੰਤ ਜੀ ਸਭ ਤੋਂ ਵੱਡਾ ਹਥਿਆਰ ਹੈ ਲੋਕ ਰਾਏ ਜਿਸ ਨਾਲ ਅਸੀਂ ਇਸ ਜਾਲਮ ਸਰਕਾਰ ਦੇ ਜੜ੍ਹਾਂ ਨੂੰ ਘੁੱਟ ਸਕਦੇ ਹਾਂ ਵੀਰੋ ਇਹ ਲੜਾਈ ਇਨਸਾਫ ਦੀ ਹੈ ਇਹ ਕੋਈ ਸਾਡੀ ਚਲਾਈ ਹੋਈ ਲੜਾਈ ਨਹੀਂ ਹੈ ਇਹ ਗੁਰੂ ਨਾਨਕ ਸਾਹਿਬ ਦੀ ਲੜਾਈ ਚਲਾਈ ਹੋਈ ਹੈ ਜਿਹੜੀ ਗੁਰੂ ਸਾਹਿਬ ਨੇ ਬਾਬਰ ਬਾਦਸ਼ਾਹ ਨਾਲ ਲੜੀ ਸੀ ਖਾਲਸਾ ਜੀ ਅਸੀਂ ਜਬਰ ਜ਼ੁਲਮ ਤੋਂ ਤੰਗ ਹੋ ਕੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੈ ਔਰ ਅਸੀਂ ਉਹਨਾਂ ਚਿਰ ਆਰਾਮ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਅਸੀਂ ਇੱਕ ਅਜਿਹਾ ਘਰ ਨਹੀਂ ਬਣਾ ਲੈਂਦੇ ਜਿਸ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸਾਡਾ ਧਰਮ ਸੁਰੱਖਿਅਤ ਹੋਵੇ ਖਾਲਸਾ ਜੀ ਜਿਸ ਕੌਮ ਨੇ ਸਾਨੂੰ ਜਜਾਰੂ ਅਗਵਾਉਣ ਦਾ ਮਾਣ ਦਿੱਤਾ ਹੈ ਅਸੀਂ ਉਸ ਕੌਮ ਨਾਲ ਪ੍ਰਣ ਕਰਦੇ ਹਾਂ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਖੂਨ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ ਖਾਲਸਾ ਜੀ ਬੇਸ਼ੱਕ ਗੁਰਬਾਣੀ ਦਾ ਪ੍ਰਮਾਣ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੇਤ ਚਰਨ ਕਮਲਾਰੇ ਪਰ ਖਾਲਸਾ ਜੀ ਸਾਨੂੰ ਆਪਣੀ ਅਣਖ ਨੂੰ ਕਾਇਮ ਰੱਖਣ ਵਾਸਤੇ ਧਰਮ ਤੇ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਘਰ ਦੀ ਜ਼ਰੂਰ ਲੋੜ ਹੈ ਤੇ ਖਾਲਸਾ ਜੀ ਜਿਸ ਮਨੋਰਥ ਵਾਸਤੇ ਅਸੀਂ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਇਕੱਠੇ ਹੋਏ ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਕੀ ਹੋ ਸਕਦੀ ਹੈ ਖਾਲਸਾ ਜੀ ਸੱਚੀ ਸ਼ਰਧਾਂਜਲੀ ਸ਼ਹੀਦਾਂ ਨੂੰ ਇਹੋ ਹੀ ਹੋਵੇਗੀ ਕਿ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤੇ ਉਹਨਾਂ ਦੇ ਮਿੱਥੇ ਹੋਏ ਨਿਸ਼ਾਨੇ ਨੂੰ ਪੂਰਾ ਕਰੀਏ ਬਸ ਇਹੋ ਹੀ ਸੱਚੀ ਸ਼ਰਧਾਂਜਲੀ ਹੈ ਸਾਡੀ ਉਹਨਾਂ ਮਹਾਨ ਸ਼ਹੀਦਾਂ ਨੂੰ ਅੰਤ ਵਿੱਚ ਮੈਂ ਆਪਣੇ ਨੌਜਵਾਨ ਵੀਰਾਂ ਤੇ ਨੌਜਵਾਨ ਭੈਣਾਂ ਤੇ ਸਰਬੱਤ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਜਾਰੂ ਵੀਰਾਂ ਨੂੰ ਪੂਰਨ ਸਾਥ ਦਿਓ ਤਾਂ ਕਿ ਅਸੀਂ ਆਪਣੀ ਮੰਜ਼ਿਲ ਤੇ ਛੇਤੀ ਪਹੁੰਚ ਸਕੀਏ ਆਹ ਮੇਰੇ ਵੀਰੋ ਰਲ ਕੇ ਆਪਣੇ ਵੈਰ ਨੂੰ ਅਜਿਹੇ ਕਾਲੇ ਕਰਾਰੇ ਹੱਥ ਵਿਖਾਈਏ ਕਿ ਸਰਕਾਰ ਦੇ ਪਾਲਤੂ ਕੁੱਤਿਆਂ ਸਰਕਾਰੀ ਪਿੱਠੂਆਂ ਤੇ ਅਜਿਹਾ ਮਜ਼ਾ ਦਿਖਾਈਏ ਕਿ ਦੁਬਾਰਾ ਕੋਈ ਸਿੰਘ ਕੌਮ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਹੀਆ ਨਾ ਕਰ ਸਕੇ ਆਓ ਇਕੱਠੇ ਹੋ ਕੇ ਦਰਿਆ ਹਮਲਾ ਮਾਰੀਏ ਕਿ ਇਸ ਜਾਲਮ ਸਰਕਾਰ ਦੀਆਂ ਜੜ੍ਹਾਂ ਨੂੰ ਪੱਟ ਦਈਏ ਖਾਲਸਾ ਜੀ ਜੇਕਰ ਬੋਲਦਿਆਂ ਤੋਂ ਗਲਤੀ ਹੋਈ ਹੋਵੇ ਤਾਂ ਸਾਧ ਸੰਤ ਬਖਸ਼ਣ ਯੋਗ ਹੈ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।